ਹੈਡਲਾਈਨ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਇਸ ਵਕਤ ਅਮਰitsar 에어ਪੋਰਟ ਦੇ ਏਰੀਏ ਦੇ ਵਿੱਚ ਅਸੀਂ ਖੜੇ ਹੋਏ ਹਾਂ ਹੁਣ ਤੋਂ ਕੁਝ ਦੇਰ ਦੇ ਵਿੱਚ ਅਰਵਿੰਦ ਕੇਜਰੀਵਾਲ ਬਾਹਰ ਆਉਣਗੇ ਭਗਵੰਤਮਾਨ ਉਹਨਾਂ ਨੂੰ ਲਾਇਨ ਦੇ ਲਈ ਅੰਦਰ ਜਾ ਚੁੱਕੇ ਨੇ ਤਾਂ ਹੁਣ ਤੋਂ ਥੋੜੀ ਦੇਰ ਦੇ ਵਿੱਚ ਭਗਵੰਤਮਾਨ ਔਰ ਅਰਵਿੰਦ ਕੇਜਰੀਵਾਲ ਬਾਹਰ ਆਉਣਗੇ ਔਰ ਜਿਹੜਾ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋਇਆ ਜਾਊਗਾ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਾ ਕੇ ਨਤਮਸਤਕ ਹੋਇਆ ਜਾਊਗਾ ਉਸ ਤੋਂ ਬਾਅਦ ਜੱਲਿਆਂ ਵਾਲਾ ਬਾਗ ਪਹੁੰਚਣਗੇ ਜੱਲਿਆਂ ਵਾਲੇ ਬਾਗ ਤੋਂ ਬਾਅਦ ਦੁਰਗਿਆਣਾ ਮੰਦਿਰ ਜਾ ਕੇ ਮੱਥਾ ਟੇਕਣਗੇ ਔਰ ਉਸ ਤੋਂ ਮੰਦਰ ਹੈ ਗਾਮਰੇ ਸਰ ਦੇ ਵਿੱਚ ਉਸ ਜਗ੍ਹਾ ਤੇ ਜਾ ਕੇ ਨਤਮਸਤਕ ਹੋਇਆ ਜਾਊਗਾ ਤਾਂ तमाम ਇਹ ਜਿਹੜਾ ਨਤਮਸਤਕ ਹੋਣ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਇੱਕ ਰੋਡ ਸ਼ੋਅ ਹੈ ਉਹ ਅੰਮ੍ਰਿਤਸਰ ਏਰੀਏ ਦੇ ਵਿੱਚ ਇੱਕ ਰੋਡ ਸ਼ੋਅ ਰੱਖਿਆ ਗਿਆ ਤਾਂ ਰੋਡ ਸ਼ੋਅ ਦੇ ਵਿੱਚ ਸ਼ਿਰਕਤ ਹੈ ਜਿਹੜੀ ਉਹ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤੀ ਜਾਏਗੀ ਤਾਂ ਮੁੱਖ ਮੰਤਰੀ ਬਨਣ ਤੋਂ ਪਹਿਲਾਂ ਇੱਕ ਵੱਡੀ ਜਿੱਤ ਤੋਂ ਬਾਅਦ ਭਗਵੰਤ ਮਾਨ ਰੋਡ ਸ਼ੋਅ ਹੈ ਜਿਹੜਾ ਅੰਮ੍ਰਿਤਸਰ ਏਰੀਏ ਦੇ ਵਿੱਚ ਕਰਨ ਜਾ ਰਹੇ ਨੇ ਔਰ 16 ਮਾਰਚ ਦਾ ਉਹ ਦਿਨ ਇਤਿਹਾਸਿਕ ਦਿਨ ਹੋਵੇਗਾ ਜਦੋਂ ભગવંતમાન ਖਟਕੜ ਕਲਾ ਦੇ ਵਿੱਚ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ ਸੌ ਚੁੱਕ ਸਮਾਗਮ ਦਾ ਮੁੱਖ ਮਹਿਮਾਨ ਦੇ ਤੌਰ ਤੇ ਇੱਕ ਤਰੀਕੇ ਨਾਲ ਹਿੱਸਾ ਆਉਣਗੇ ਕਿਉਂਕਿ ਉਹ ਸੌ ਚੁੱਕਣ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਤਾਂ 16 ਮਾਰਚ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਸੌ ਚੁੱਕਣ ਜਾ ਰਹੇ ਨੇ ਔਰ 16 ਮਾਰਚ 16 ਤਰੀਕ ਦਾ ਦਿਨ ਹੈ ਜਿਹੜਾ ਉਹ ਭਗਵੰਤ ਲਈ ਇਸ ਵੀ ਖਾਸ ਕਰਕੇ ਹੋ ਜਾਂਦਾ ਕਿਉਂਕਿ 16 ਮਈ 1992 ਨੂੰ ਭਗਵੰਤ ਮਾਨ ਦੀ ਪਹਿਲੀ ਕੈਸਟ ਹੈ ਜਿਹੜੀ 16 ਮਈ 1992 ਨੂੰ ਆਉਂਦੀ ਹੈ ਜਿਸ ਦਾ ਨਾਮ ਸੀ ਗੋਬੀ ਦੀਏ ਕੱਚੀਏ ਵਪਾਰ ਨੇ ਔਰ 16 ਦਸੰਬਰ 1992 ਦਾ ਦਿਨ ਜਦੋਂ ਭਗਵੰਤ ਮਾਨ ਦੀ ਦੂਸਰੀ ਕੈਸਟ ਕੁਲਫੀ ਗਰਮਾ-ਗਰਮ ਆਉਂਦੀ ਹੈ ਜਿਸ ਦੇ ਨਾਲ ਭਗਵੰਤ ਪੂਰੀ ਦੁਨੀਆ ਦੇ ਵਿੱਚ ਫੇਮਸ ਹੋ ਜਾਂਦੇ ਨੇ ਪੂਰੇ ਪੰਜਾਬ ਦੇ ਵਿੱਚ ਫੇਮਸ ਹੋ ਜਾਂਦੇ ਨੇ ਔਰ 16 ਮਈ 2011 ਦਾ ਦਿਨ ਜਿਸ ਦਿਨ ਭਗਵੰਤ ਮਾਨ ਦੇ ਪਿਤਾ ਜੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸਰਦਾਰ ਮਹਿੰਦਰ ਸਿੰਘ ਦਾ ਦੇਹਾਂਤ ਹੈ ਜਿਹੜਾ ਉਹ ਵੀ 16 ਮਈ 2011 ਨੂੰ ਹੁੰਦਾ ਤਾਂ 16 ਦਾ ਜਿਹੜਾ ਅੰਕੜਾ ਹੈ ਭਗਵੰਤ ਮਾਨ ਦੇ ਲਈ ਖਾਸ ਰਿਹਾ ਔਰ 16 ਮਾਰਚ ਨੂੰ ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਤੌਰ ਤੇ 16ਵੀਂ ਵਿਧਾਨ ਸਭਾ ਦੇ ਲਈ ਤਾ 16 16 16 ਤੁਸੀਂ ਜ਼ਿਕਰ ਸੁਣ ਰਹੇ ਹੋਵੋਗੇ ਤਾਂ 16ਵੀਂ ਵਿਧਾਨ ਸਭਾ ਦੇ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਸੌ ਚੁੱਕਣ ਜਾ ਰਹੇ ਨੇ ਔਰ ਖਾਸ ਗੱਲ ਇਹ ਹੈ ਕਿ ਜਿਹੜੀ ਪਹਿਲੀ ਤਾਰੀਖ ਸੀ ਉਹ ਸੀ 16 ਮਈ 1992 ਔਰ ਜਿਸਵੇਂ ਭਗਵੰਤ ਮਾਨ ਸੌ ਚੁੱਕਣਗੇ 16 ਮਾਰਚ ਨੂੰ 16ਵੀਂ ਵਿਧਾਨ ਸਭਾ ਦੇ 92 ਐਮਐਲਏ ਦੇ ਨਾਲ ਉਹ ਸੌਚ ਕੁੰਜਾਰੇ ਨੇ ਤਾਂ ਠੀਕ ਉਸ ਦਿਨ ਭਗਵੰਤ ਮਾਨ ਨੂੰ ਉਹ ਵੀ ਦਿਨ ਯਾਦ ਆਏਗਾ ਜਦੋਂ 16 ਮਈ 1992 ਨੂੰ ਉਹਨਾਂ ਦੀ ਪਹਿਲੀ ਕਸਟ ਆਈ ਸੀ ਔਰ ਇੱਕ ਗੱਲ ਹੋਰ ਖਾਸ ਤੁਹਾਨੂੰ ਸੁਣਾ ਦਿੰਨੇ ਆ ਖੜਕੜ ਕਲਾਂ ਦੀ ਧਰਤੀ ਉਹ ਧਰਤੀ ਜਿਹੜੀ ਸ਼ਹੀਦ ਭਗਤ ਸਿੰਘ ਦੀ ਜੱਦੀ ਪਿੰਡ ਹੈ ਜਿਸ ਜਗ੍ਹਾ ਤੇ ਭਗਤ ਸਿੰਘ ਦਾ ਬਚਪਨ ਬੀਤਿਆ ਉਸ ਜਗ੍ਹਾ ਤੇ ਜਾ ਕੇ ਸੌਚ ਜਿਹੜਾ ਸਮਾਗਮ ਹੈਗਾ ਉਹ ਭਗਵੰਤ ਮਾਨ ਦੇ ਵੱਲੋਂ ਕੀਤਾ ਜਾ ਰਿਹਾ ਔਰ ਖਾਸ ਜ਼ਿਕਰ ਇਸ ਕਰਕੇ ਕਿਉਂਕਿ 27 ਮਾਰਚ 27 ਮਾਰਚ 2011 ਦਾ ਦਿਨ ਜਿਸ ਦਿਨ ਸ਼ੁਰੂਆਤ ਹੈ ਜਿਹੜੀ ਉਹ ਕੀਤੀ ਗੇ ਸੀ ਭਗਵੰਤ ਮਾਨ ਦੇ ਵੱਲੋਂ ਆਪਣੇ ਰਾਜਨੀਤਿਕ ਜੀਵਨ ਦੀ ਜਿਹੜੀ ਸ਼ੁਰੂਆਤ ਹੈਗੀ ਉਹ ਠੀਕ ਉਸੇ ਦਿਨੀ ਜਿਹੜੀ ਕੀਤੀ ਗਈ ਸੀਗੀ ਤਾਂ ਥੋੜਾ ਇਸ ਸਾਈਡ ਹੋ ਜਾਣ ਕਿਉਂਕਿ ਹੁਣ ਤੋਂ ਥੋੜੀ ਦੇਰ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਜਿਹੜੇ ਬਾਹਰ ਆ ਸਕਦੇ ਨੇ ਤਾਂ ਤਸਵੀਰ ਜਿਹੜੀ ਤੁਹਾਨੂੰ ਉਹ ਵੀ ਦਿਖਾਵਾਂਗੇ ਤਾਂ 27 ਮਾਰਚ ਦਾ ਜਿਹੜਾ ਦਿਨ ਹੈਗਾ ਖਾਸ ਇਸ ਕਰਕੇ ਹੋ ਜਾਂਦਾ ਕਿਉਂਕਿ ਭਗਵੰਤ ਮਾਨ ਦੇ ਵੱਲੋਂ ਜਿਹੜੀ ਸ਼ੁਰੂਆਤ ਹੈਗੀ ਉਸੇ ਦਿਨ ਕੀਤੀ ਜਾਂਦੀ ਹੈ 26 ਮਾਰਚ 2011 ਨੂੰ 26 ਮਾਰਚ 2011 ਨੂੰ ਭਗਵੰਤ ਮਾਨ ਦੇ ਵੱਲੋਂ ਆਪਣਾ ਪਹਿਲਾ ਰਾਜਨੀਤਿਕ ਭਾਸ਼ਣ ਜਿਹੜਾ ਉਹ ਖੜਕੜ ਕਲਾਂ ਦੀ ਧਰਤੀ ਦੇ ਉੱਤੇ ਹੀ ਦਿੱਤਾ ਗਿਆ ਸੀ ਤਾਂ ਥੋੜੀ ਜਿੱਦਾਂ ਹੀ ਕੋਈ ਤਸਵੀਰ ਸਾਹਮਣੇ ਆਏਗੀ ਪਿੱਛੇ ਤੋਂ ਉਹ ਵੀ ਤਸਵੀਰਾਂ ਦਿਖਾਵਾਂਗੇ ਇਸ ਵਕਤ ਐਵੀਏਸ਼ਨ ਕਲੱਬ ਹੈ ਜਿਹੜਾ ਉਸ ਜਗ੍ਹਾ ਤੇ ਅਸੀਂ ਖੜੇ ਹੋਏ ਹਾਂ ਅਰਵਿੰਦ ਕੇਜਰੀਵਾਲ ਇਸੇ ਜਗ੍ਹਾ ਤੇ ਪਹੁੰਚਣਗੇ ਭਗਵੰਤ ਮਾਨ ਉਹਨਾਂ ਨੂੰ ਰਿਸੀਵ ਕਰਨਗੇ ਔਰ ਉਸ ਤੋਂ ਬਾਅਦ ਸਿੱਧਾ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਿਹੜਾ ਪਹੁੰਚ ਕੇ ਦਰਸ਼ਨ ਕਰਨਗੇ ਮੱਥਾ ਟੇਕਣਗੇ ਔਰ ਉਸ ਤੋਂ ਬਾਅਦ ਜਲਿਆਂ ਵਾਲਾ ਬਾਗ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਜਿਹੜੀ ਉਹ ਦਿੱਤੀ ਜਾਏਗੀ ਔਰ ਉਸ ਤੋਂ ਬਾਅਦ ਸਿੱਧਾ ਦੁਰਗਾਣਾ ਮੰਦਰ ਭਗਵਾਨ ਬਾਲਮੀਕੀ ਮੰਦਰ ਔਰ ਉਸ ਤੋਂ ਬਾਅਦ ਰੋਡ ਸ਼ੋਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇਹ ਅੰਮ੍ਰਿਤਸਰ ਦੀਆਂ ਤਸਵੀਰਾਂ ਤਾਂ ਉਹ ਤਸਵੀਰਾਂ ਨੇ ਔਰ ਜਿਸ 26 ਮਾਰਚ 2011 ਦਾ ਜਿਸ ਦਾ ਸੀ ਜ਼ਿਕਰ ਕਰ ਰਹੇ ਆ ਤੁਹਾਡੇ ਯਾਦ ਹੋਏਗਾ ਮਨਪ੍ਰੀਤ ਬਾਦਲ ਦੇ ਵੱਲੋਂ ਇੱਕ ਨਵੀਂ ਪਾਰਟੀ ਦਾ ਗਠਨ ਕੀਤਾ ਜਾਂਦਾ ਪੀਪਲਸ ਪਾਰਟੀ ਆ ਪੰਜਾਬ ਦਾ ਫਿਲਹਾਲ ਵੀ ਲੈ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਫੇਰ ਚਰਚਾ ਕਰਾਂਗੇ ਭਗਵੰਤ ਮਾਨ ਨੂੰ ਲੈ ਕੇ এবੀਪੀ ਸੰਜਾ ਜੋਸ਼ ਜਜ਼ਬਾ ਜੁਨੋ